ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇੱਕ ਅਲੱਗ ਤਰੀਕੇ ਦੇ ਸਮੋਸੇ ਬਣਾ ਕੇ ਤਿਆਰ ਕਰਾਂਗੇ ਜੀ। ਬਿਨਾਂ ਤੇਲ 'ਚ ਤਲੇ ਤੋਂ ਆਪਾਂ ਇਹਨਾਂ ਨੂੰ ਬੇਕ ਕਰਾਂਗੇ, ਅਤੇ ਉਹ ਵੀ ਬਿਨਾਂ ਅਵਨ ਤੋਂ ਕੜਾਹੀ ਦੇ ਵਿੱਚ ਬੇਕ ਕਰਕੇ ਆਪਾਂ ਸਬਜ਼ੀਆਂ ਵਾਲੇ ਸਮੋਸੇ ਬਣਾਵਾਂਗੇ ਜੀ। ਇਸ ਰੈਸਪੀ ਨੂੰ ਸਿੱਖਣ ਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ। ਜੇਕਰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ, ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਚਲੋ ਜੀ, ਇਹ ਸਮੋਸੇ ਬਣਾਉਣੇ ਆਪਾਂ ਸਿੱਖ ਲੈਂਦੇ ਹਾਂ। ਸਭ ਤੋਂ ਪਹਿਲਾਂ ਜੀ ਆਪਾਂ ਆਟਾ ਗੁੰਨਾਂਗੇ ਸਮੋਸਿਆਂ ਦੇ ਲਈ। ਉਹਦੇ ਲਈ ਆਪਣੇ ਕੋਲੇ ਹੈਗਾ ਇਹ ਮੈਦਾ, ਤੇ ਮੈਦੇ ਨੂੰ ਮੈਂ ਪਹਿਲਾਂ ਛਾਣ ਲਿਆ, ਤੇ ਅੱਧੀ ਕਗੌਲੀ ਆਪਾਂ ਮੈਦੇ ਦੀ ਵਰਤਾਂਗੇ। ਥੋੜ੍ਹਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਜੀ, ਥੋੜ੍ਹੀ ਜਿਹੀ ਅਜਵਾਇਣ ਆਪਾਂ ਕਰੱਸ਼ ਕਰਕੇ ਪਾਵਾਂਗੇ। ਅਜਵਾਇਣ ਜਦੋਂ ਵੀ ਤੁਸੀਂ ਆਟੇ ਦੇ ਵਿੱਚ ਪਾਉਣੀ ਹੈ ਨਾ, ਕਰੱਸ਼ ਕਰਕੇ ਐਡ ਕਰਿਓ, ਇਹਦਾ ਫਲੇਵਰ ਬਹੁਤ ਵਧੀਆ ਆਉਂਦਾ। ਫਿਰ ਹੁਣ ਆਟੇ ਦੇ ਵਿੱਚ ਪਾਵਾਂਗੇ ਆਪਾਂ ਘਿਓ, ਇਹਨਾਂ ਨੂੰ ਖਾਸਤਾ ਬਣਾਉਣ ਲਈ ਸਮੋਸਿਆਂ ਨੂੰ। ਅਤੇ ਇਹਦੇ ਵਿੱਚ ਆਪਾਂ ਨਾ ਚੌਥਾ ਹਿੱਸਾ ਆਟੇ ਦਾ ਘਿਓ ਪਾਵਾਂਗੇ ਇਸ ਤਰੀਕੇ ਨਾਲ। ਪਹਿਲਾਂ ਮੈਂ 2 ਚਮਚ ਐਡ ਕਰਦੀ ਹਾਂ, ਮਿਕਸ ਕਰਕੇ ਆਪਾਂ ਦੇਖ ਲੈਂਦੇ ਹਾਂ ਵੀ ਆਪਣਾ ਘਿਓ ਸਹੀ ਹੈ। ਜੇ ਘਿਓ ਵੱਧ ਗਿਆ ਤਾਂ ਤੁਸੀਂ ਮੈਦਾ ਹੋਰ ਐਡ ਕਰ ਲਿਓ, ਜੇ ਘਿਓ ਘੱਟ ਹੋਇਆ ਤਾਂ ਘਿਓ ਫਿਰ ਬਾਅਦ ਵਿੱਚ ਵੀ ਐਡ ਕਰ ਸਕਦੇ ਹੋ। ਇਸ ਤਰੀਕੇ ਨਾਲ ਮਿਕਸ ਕਰਨਾ ਪਹਿਲਾਂ ਆਪਾਂ ਮੈਦੇ ਦੇ ਨਾਲ ਘਿਓ ਨੂੰ, ਅਤੇ ਇਸ ਤਰ੍ਹਾਂ ਜੀ ਮੈਦੇ ਦੇ ਨਾਲ ਆਪਾਂ ਘਿਓ ਨੂੰ ਮਿਕਸ ਕਰ ਲਿਆ। ਤੁਸੀਂ ਰਿਫਾਇੰਡ ਤੇਲ ਵੀ ਵਰਤ ਸਕਦੇ ਹੋ, ਪਰ ਘਿਓ ਨਾਲ ਜਿਹੜੇ ਖਸਤਾ ਬਣਦੇ ਆ ਸਮੋਸੇ। ਅਤੇ ਇਸ ਤਰੀਕੇ ਨਾਲ ਨਾ ਤੁਸੀਂ ਆਟੇ ਦੀ ਸ਼ੇਪ ਬਣਾ ਕੇ ਦੇਖਣੀ ਹੈ, ਯਾਨੀ ਕਿ ਮੈਦੇ ਦੀ। ਦੇਖੋ ਸ਼ੇਪ ਬਣ ਰਹੀ ਹੈ ਚੰਗੇ ਤਰੀਕੇ ਨਾਲ, ਜਿਵੇਂ ਲੱਡੂ ਹੁੰਦਾ, ਅਤੇ ਇਸ ਤਰੀਕੇ ਨਾਲ ਇਹ ਟੁੱਟ ਰਿਹਾ, ਬਿਲਕੁਲ ਸਹੀ ਆ। ਹੁਣ ਆਪਾਂ ਆਟੇ ਨੂੰ ਗੁੰਨਾਂਗੇ ਜੀ, ਬਿਲਕੁਲ ਠੰਡੇ ਪਾਣੀ ਨਾਲ, ਬਰਫ਼ ਵਾਲੇ ਨਾਲ, ਅਤੇ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਨਾ ਆਪਾਂ ਆਟੇ ਨੂੰ ਗੁੰਨਾਂਗੇ, ਕਿਉਂਕਿ ਆਪਾਂ ਆਟਾ ਜਿਹੜਾ ਸਮੋਸਿਆਂ ਦਾ ਗੁੰਨਣਾ ਗਾ ਉਹ ਸਖ਼ਤ ਰੱਖਣਾ ਹੈ। ਆਟਾ ਮੁਲਾਇਮ ਬਣਾਉਣਾ ਪਰ ਸਖ਼ਤ ਰੱਖਣਾ, ਜ਼ਿਆਦਾ ਨਰਮ ਨਹੀਂ ਗੁੰਨਣਾ, ਇਸ ਕਰਕੇ ਥੋੜ੍ਹਾ ਥੋੜ੍ਹਾ ਪਾਣੀ ਪਾਵਾਂਗੇ। ਅਤੇ ਇਸ ਤਰ੍ਹਾਂ ਜੀ ਆਟੇ ਨੂੰ ਆਪਾਂ ਇਕੱਠਾ ਕਰ ਲਿਆ। ਹੁਣ ਆਟੇ ਨੂੰ 1-1.5 ਮਿੰਟ ਆਪਾਂ ਮੁੱਕੀ ਦੇ ਕੇ ਨਾ ਥੋੜ੍ਹਾ ਜਿਹਾ ਮੁਲਾਇਮ ਕਰ ਲਾਂਗੇ ਫਿਰ। ਅਤੇ ਸਮੋਸਿਆਂ ਦੇ ਆਟੇ ਨੂੰ ਇਸ ਤਰੀਕੇ ਨਾਲ ਜੀ ਆਪਾਂ ਕਰ ਲਿਆ ਤਿਆਰ। ਦੇਖੋ ਇੰਨਾ ਕੁ ਨਰਮ ਆਟਾ ਅਤੇ ਇੰਨਾ ਕੁ ਸਖ਼ਤ ਹੈ ਇਸ ਤਰੀਕੇ ਨਾਲ। ਹੁਣ ਇਹਨੂੰ ਤੁਸੀਂ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਹੋ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਕਿਸੇ ਕੱਪੜੇ ਨਾਲ ਜਾਂ ਪਲੇਟ ਨਾਲ ਢੱਕ ਕੇ ਇਹਨੂੰ ਠੰਡੀ ਜਗ੍ਹਾ 'ਤੇ ਰੱਖ ਦਿਓ ਰੈਸਟ ਕਰਨ ਵਾਸਤੇ 20 ਮਿੰਟਾਂ ਲਈ। ਆਪਾਂ ਸਟਫਿੰਗ ਤਿਆਰ ਕਰਾਂਗੇ, ਉਹਦੇ ਲਈ ਨਾ ਆਪਾਂ ਇੱਕ ਚੁੱਲ੍ਹੇ 'ਤੇ ਰੱਖ ਲਾਂਗੇ ਪੈਨ, ਅਤੇ ਸਟਫਿੰਗ ਆਪਾਂ ਚਟਪਟੀ ਤਿਆਰ ਕਰ ਲਾਂਗੇ ਸਬਜ਼ੀਆਂ ਲਈ। ਅਤੇ ਹੁਣ ਜੀ ਪੈਨ ਦੇ ਵਿੱਚ ਪਾਵਾਂਗੇ ਆਪਾਂ ਰਿਫਾਇੰਡ ਤੇਲ ਜਾਂ ਦੇਸੀ ਘਿਓ, ਕੋਈ ਵੀ ਘਿਓ ਵਰਤ ਸਕਦੇ ਹੋ ਤੜਕਾ ਲਾਉਣ ਦੇ ਲਈ। 4 ਚਮਚ ਜਿਹੜੇ ਤੇਲ ਦੇ ਪਾ ਤੇ ਇਹਨੂੰ ਗਰਮ ਕਰਾਂਗੇ ਥੋੜ੍ਹਾ ਜਿਹਾ ਜੀ। ਤੇਲ ਗਰਮ ਹੋ ਗਿਆ, ਇਹਦੇ ਵਿੱਚ ਪਾਵਾਂਗੇ ਆਪਾਂ 1 ਛੋਟਾ ਚਮਚ ਭਰ ਕੇ ਜੀਰੇ ਦਾ, ਅਤੇ ਜੀਰੇ ਨੂੰ ਹਲਕਾ ਜਿਹਾ ਭੁੰਨ ਲਿਆ ਜੀ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਅਦਰਕ ਦਾ 1 ਚਮਚ ਭਰ ਕੇ, ਅਤੇ ਇਹਨੂੰ ਵੀ ਹਲਕਾ ਜਿਹਾ ਭੁੰਨ ਲਾਂਗੇ ਆਪਾਂ। ਬਸ 1.5 ਮਿੰਟ ਹੀ ਭੁੰਨਣਾ ਆਪਾਂ, ਜ਼ਿਆਦਾ ਰੋਸਟ ਨਹੀਂ ਕਰਨਾ। ਅਤੇ ਹੁਣ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਸਬਜ਼ੀਆਂ, ਜਿਹੜੀਆਂ ਸਬਜ਼ੀਆਂ ਦੀ ਸਟਫਿੰਗ ਬਣਾ ਰਹੇ। ਇੱਥੇ ਮੇਰੇ ਕੋਲ ਹੈਗੀ ਹੈ ਇਹ ਗਾਜਰ, ਇਹਨੂੰ ਮੈਂ ਕੱਦੂਕਸ ਕਰ ਲਿਆ ਸੀ, 1 ਕੌਲੀ ਭਰ ਕੇ ਪਾ ਦਿਆਂਗੇ। ਇਹਦੇ ਨਾਲ ਹੀ ਆਪਾਂ ਪਾਵਾਂਗੇ ਜੀ ਲੰਬੀ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ। ਤੁਹਾਡੇ ਕੋਲ ਜਿਹੜੀਆਂ ਵੀ ਸਬਜ਼ੀਆਂ ਘਰੇ ਹੋਈਆਂ ਨਾ, ਤੁਸੀਂ ਉਹੀ ਸਬਜ਼ੀਆਂ ਐਡ ਕਰ ਲਿਓ। ਮੇਰੇ ਕੋਲ ਇਹੀ ਸਬਜ਼ੀਆਂ ਸੀਗੀਆਂ, ਦੋ ਤਾਂ ਮੈਂ ਇਹਨਾਂ ਦੀ ਸਟਫਿੰਗ ਹੀ ਤਿਆਰ ਕਰੂੰਗੀ। ਫਲੇਮ ਬਿਲਕੁਲ ਆਪਾਂ ਮੀਡੀਅਮ ਦੀ ਰੱਖਾਂਗੇ, ਜ਼ਿਆਦਾ ਹਾਈ ਨਹੀਂ ਰੱਖਣੀ। ਅਤੇ ਸਬਜ਼ੀਆਂ ਨੂੰ ਨਾ ਹਲਕਾ ਜਿਹਾ ਕੱਚਾ ਦੇ ਹਲਕਾ ਜਿਹਾ ਪਕਾਉਣਾ ਆਪਾਂ, ਕਿਉਂਕਿ ਜਦੋਂ ਆਪਾਂ ਸਮੋਸਿਆਂ ਨੂੰ ਬਣਾਵਾਂਗੇ ਉਦੋਂ ਵੀ ਫਿਰ ਸਬਜ਼ੀਆਂ ਪੱਕਣਗੀਆਂ ਵਿੱਚ। ਅਤੇ ਸਬਜ਼ੀਆਂ ਜੀ ਇਸ ਤਰੀਕੇ ਨਾਲ ਆਪਾਂ ਥੋੜ੍ਹੀਆਂ ਜਿਹੀਆਂ ਪਕਾ ਲਈਆਂ, ਹਲਕੀਆਂ ਜਿਹੀਆਂ ਨਰਮ ਕੀਤੀਆਂ ਸਬਜ਼ੀਆਂ। ਹੁਣ ਇਹਦੇ ਵਿੱਚ ਪਾਵਾਂਗੇ 1 ਛੋਟਾ ਚਮਚ ਬਰੀਕ ਕੱਟੀ ਹੋਈ ਹਰੀ ਮਿਰਚ ਦਾ। ਇਹ ਤੁਸੀਂ ਸਵਾਦ ਅਨੁਸਾਰ ਐਡ ਕਰਿਓ ਵੀ ਜਿੰਨੀ ਕੁ ਸਟਫਿੰਗ ਤਿਆਰ ਕਰੋਗੇ ਜੀ। ਅਤੇ ਹੁਣ ਸਵਾਦ ਅਨੁਸਾਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ। ਪਹਿਲਾਂ ਆਪਾਂ ਨਮਕ ਇਸ ਕਰਕੇ ਨਹੀਂ ਪਾਇਆ, ਜੇ ਆਪਾਂ ਪਹਿਲਾਂ ਨਮਕ ਐਡ ਕਰ ਦਿੰਦੇ ਨਾ ਫਿਰ ਸਬਜ਼ੀਆਂ ਪਾਣੀ ਛੱਡ ਦਿੰਦੀਆਂ ਅਤੇ ਜ਼ਿਆਦਾ ਪੱਕ ਜਾਂਦੀਆਂ, ਪਰ ਆਪਾਂ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਪਕਾਉਣਾ। ਅਤੇ ਥੋੜ੍ਹੀ ਜਿਹੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਜੀ ਆਪਾਂ, ਬਿਲਕੁਲ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਜੀ ਧਨੀਆ ਪਾਊਡਰ। ਅਤੇ ਆਪਾਂ ਨਮਕ ਪਹਿਲਾਂ ਹੀ ਪਾਇਆ ਜੀ, ਇਸ ਕਰਕੇ ਚਾਟ ਮਸਾਲਾ ਆਪਾਂ ਬਿਲਕੁਲ ਥੋੜ੍ਹਾ ਜਿਹਾ ਪਾਵਾਂਗੇ, ਫਲੇਵਰ ਦੇ ਲਈ ਐਡ ਕਰਾਂਗੇ, ਕਿਉਂਕਿ ਸਮੋਸਿਆਂ ਦੇ ਵਿੱਚ ਚਾਟ ਮਸਾਲਾ ਐਡ ਕੀਤਾ ਜਾਂਦਾ। ਅਤੇ ਸਾਰੇ ਮਸਾਲਿਆਂ ਨੂੰ ਆਪਾਂ ਕਰ ਲਾਂਗੇ ਮਿਕਸ, ਹਲਕਾ ਜਿਹਾ ਪਕਾਵਾਂਗੇ 1 ਮਿੰਟ, ਬਿਲਕੁਲ ਹਲਕਾ ਜਿਹਾ ਪਕਾਵਾਂਗੇ ਜੀ ਆਪਾਂ। ਜੇ ਤੁਹਾਡੇ ਕੋਲ ਚਾਟ ਮਸਾਲਾ ਨਾ ਹੋਇਆ ਨਾ, ਤਾਂ ਤੁਸੀਂ ਨਿੰਬੂ ਵੀ ਇਹਦੇ ਵਿੱਚ ਪਾ ਸਕਦੇ ਹੋ, 1/2 ਗਲਾਸ ਨਿੰਬੂ ਦਾ। ਅਤੇ ਮਸਾਲਿਆਂ ਨੂੰ ਵੀ ਆਪਾਂ 1/2 ਮਿੰਟ ਇਸ ਤਰੀਕੇ ਨਾਲ ਪਕਾ ਲਿਆ ਜੀ। ਹੁਣ ਇਹਦੇ ਵਿੱਚ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ, ਤੁਸੀਂ ਕਸੂਰੀ ਮੇਥੀ ਵੀ ਐਡ ਕਰ ਸਕਦੇ ਹੋ ਵੀ ਜੇ ਧਨੀਆ ਨਾ ਹੋਇਆ, ਅਤੇ ਤੁਸੀਂ ਇਹਦੇ ਵਿੱਚ ਪਿਆਜ਼ ਵੀ ਐਡ ਕਰ ਸਕਦੇ ਹੋ। ਸਟਫਿੰਗ ਦੇ ਵਿੱਚ ਪਿਆਜ਼ ਪਾ ਕੇ ਵੀ ਸਟਫਿੰਗ ਬਹੁਤ ਟੇਸਟੀ ਬਣਦੀ ਆ। ਬਸ ਹਲਕਾ ਜਿਹਾ ਆਪਾਂ ਹਰੇ ਧਨੀਏ ਨੂੰ ਮਿਕਸ ਕਰਨ ਤੋਂ ਬਾਅਦ ਅਤੇ ਸਟਫਿੰਗ ਨੂੰ ਜਿਹੜਾ ਥੱਲੇ ਉਤਾਰ ਕੇ ਕਰ ਲੈਂਦੇ ਜੀ ਠੰਡਾ। ਹੁਣ ਜੀ ਚੁੱਲ੍ਹੇ 'ਤੇ ਰੱਖਾਂਗੇ ਆਪਾਂ ਕੜਾਹੀ, ਕਿਉਂਕਿ ਆਪਾਂ ਬਿਨਾਂ ਅਵਨ ਤੋਂ ਬਿਨਾਂ ਤੇਲ ਤੋਂ ਇਹਨਾਂ ਨੂੰ ਬੇਕ ਕਰਕੇ ਬਣਾਵਾਂਗੇ ਸਮੋਸਿਆਂ ਨੂੰ। ਅਤੇ ਕੜਾਹੀ ਦੇ ਵਿੱਚ ਪਾਵਾਂਗੇ ਜੀ ਆਪਾਂ ਨਮਕ, ਅਤੇ ਨਮਕ ਨੂੰ ਨਾ ਇਸ ਤਰੀਕੇ ਨਾਲ ਫੈਲਾ ਦਿਆਂਗੇ ਕੜਾਹੀ ਦੇ ਵਿੱਚ। ਅਤੇ ਹੁਣ ਇਹਦੇ ਵਿੱਚ ਰੱਖ ਦਿਆਂਗੇ 1 ਸਟੈਂਡ, ਅਤੇ ਥਾਲ ਨਾਲ ਢੱਕ ਕੇ ਇਹਨੂੰ 15 ਮਿੰਟ ਆ ਜਿਹੜਾ ਮੀਡੀਅਮ ਜਿਹੀ ਫਲੇਮ 'ਤੇ ਪ੍ਰੀ ਹੀਟ ਕਰਾਂਗੇ ਜੀ। ਉਦੋਂ ਤੱਕ ਆਪਾਂ ਸਮੋਸੇ ਆ ਜਿਹੜੇ ਸਟਫਿੰਗ ਭਰ ਕੇ ਉਹ ਤਿਆਰ ਕਰ ਲੈਂਦੇ ਹਾਂ। ਅਤੇ ਆਟਾ ਜੀ ਬਿਲਕੁਲ ਆਪਣਾ ਤਿਆਰ ਹੋ ਗਿਆ, ਅਤੇ ਹੁਣ ਆਪਾਂ ਇਹਦੇ ਕਰਾਂਗੇ ਪੇੜੇ।
इस तरीके नाल ना छोटे छोटे जिवें रोटी बनाने हुंदे आ उवें पेड़े कर लांगे। तो हुण जी चकले ते रखांगे आपां पेड़ा, ना तो इहनूं घिओ लाउणा आपां, ना तेल लाउणा, ते ना ही आपां सुक्का मैदा लाउणा गा। इस तरीके नाल इहदी लंबी रोटी वेलांगे आपां, क्योंकि आपां समोसे आ जिहड़े उह रोल करके बनावांगे, उहदियां शीटां जिहड़ियां आपां लंबियां कट्टणियां ने। इस तरह जी बिल्कुल इन्हें खिचते हुए रोटी नूं आपां वेलना गा। मेरे कोल चकला इत्थे छोटा सीगा, इस तरीके नाल मैं इहनूं वेल लिया। तो कोशिश करो भी इहनूं पतला वेल लिओ तुसीं। तो इस तरीके नाल चौरस रोटी बना ली आपां। तो हुण ना इहदियां किनारियां आपां कट देंगे, वी कोई शीट ना अपने कोल तैयार हो जाए समोसिआं लई। तो दुबारे आपां पीड़ा करके ना इहदे समोसे दुबारे बना लांगे आपां, इह आटे नूं वेस्ट नहीं करांगे। तो हुण इह शीट दे विच्चों अपने दो समोसे निकल आउणगे। इस तरीके नाल आपां इक्को जिहे कट्टांगे इहनूं, यानी कि बराबर हिस्सिआं च। तो दो शीटां अपने कोल तैयार हो गईआं जी। पहलां आपां इक समोसे दे विच आ जिहड़ी फिलिंग भरदे आ, तो इस तरीके नाल आपां इक शीट रखांगे। देखो इन्नी क पतली है, इह ज़्यादा मोटी नहीं गी। तो पहलां जी शीट दे सारीआं किनारीआं ते ना आपां पाणी ला देंगे, इस तरीके नाल इहनूं चंगे तरीके नाल ना आपां लॉक ला सकीए। तो हुण जी इहदे विच रखांगे आपां स्टफिंग, एक डेढ़ चमच जिनी क भी तुसीं स्टफिंग रखनी होई ना समोसिआं दे विच। इधर किनारियां तो थोड़ी जी जगह छड्ड दिओ तुसीं, क्योंकि आपां इहनूं बंद करांगे समोसे नूं। तो इस तरीके नाल स्टफिंग रखण तों बाद जी आपां इधरली साइड उठावांगे, ते इहनूं ना आपां रोल करदे हुए बंद कर देंगे। इस तरीके नाल थोड़ा जिहा ना हत्थां नाल प्रैस करदे हुए बिल्कुल टाइट, इस तरीके नाल आपां इहनूं कर देणा जी बंद। तो इस तरह जी चंगे तरीके नाल आपां लॉक लाता है। तो हुण ना आपां इहदे उपर थोड़ा जिहा डिज़ाइन भी बना सकदे हां, इस तरीके नाल कट के। तो हुण इह जिहड़ा आपां डिज़ाइन बनाया जी, इहदे उपर भी आपां पाणी ला देंगे इस तरीके नाल। तो हुण इधरों उठा के ना इहनूं, जां इस तरीके नाल भी तुसीं रोल कर सकदे हो, आसानी नाल रोल होजू। तो एवें आपां इहनूं कर देंगे बंद, थोड़ा जिहा प्रैस कर देंगे हत्थां नाल। तो समोसा अपना बिल्कुल इस तरीके नाल तैयार हो गया जी। सारे स्टफिंग भर के ना इस तरीके नाल आपां समोसे आ जिहड़े तैयार कर लेने हैं। तो इत्थे जी प्लेट नूं ना एक नूं आपां ग्रीस कर लेना गा तेल जां घिओ नाल, इहदे विच आपां समोसे आ जिहड़े बेक करांगे। तो हुण जिहड़े समोसे आपां बनाई चलांगे ना, इस तरीके नाल प्लेट दे विच रखी चलांगे। इस तरह जी सारे समोसे आपां तैयार कर ले। देखो ट्रे दे विच जदों आपां प्लेट दे विच रखणे आ ना, तां हल्की हल्की स्पेस रखनी है इन्हां च। तो हुण उपरों हल्का जिहा आपां इहनां नूं घिओ नाल इस तरीके नाल जां तेल नाल ग्रीस कर देंगे। तो तुसीं ना किसी भी शेप के समोसे बना सकते हो, जो भी थोड़ा वधिया लगी शेप उस तरीके से स्टफिंग भर के तैयार कर लियो। कड़ाही अपनी प्री हीट हो गई है जी चंगे तरीके ना। हुण इहदे विच रखांगे आपां इह समोसे, तो हुण उपरों थाल ना ढक के आपां इहनूं 30 मिनट इस तरीके नाल चुल्हे ते बना रही हां। तो 30 मिनटां दे विच वधिया वेक हो जाणगे, ते गैस ते तुहानूं 40 मिनट भी लग सकदे आ। फ्लेम तुसीं बिल्कुल स्लो रखियो जी। तो इस तरह जी समोसे ना अपने बन के बिल्कुल बेक हो के तैयार हो गए आ। देखो खुशबू बहुत सोहनी आने लग गई, किन्ना वधिया इन्हां दा कलर आया, तो किन्ने वधिया बेक हो गया सारे। देखो तो हुण आपां इहनूं थल्ले उतार के जिहड़ा सर्व कर लैंदे आ जी गर्मा गर्म नूं। तो गर्मा गर्म समोसे जी आपां सर्व कर लैंदे आ इक प्लेट दे विच। बहुत खस्ता ते बहुत वधिया इह बण के तैयार हुंदे आ। कलर बहुत सोहणा आया इहनां दा, उह वी बिना तेल च तले तों आपां इह तैयार कर ले। तो आप इन्हों सर्व करांगे जी टमैटो कैचअप के नाल। तुसीं हरी चटनी भी बना सकते हो, इमली वाली मिठी चटनी भी बना सकते हो। तो इस तरीके ना जी एक समोसा मैं थोड़ा तोड़ के भी दिखाई है, वे किन्ने क्रिस्पी बने। तो इस तरीके ना जी तुसीं इन्हां नूं इमली वाली चटनी या फिर टमैटो कैचअप के नाल सर्व करोगे ना, ये बहुत टेस्टी लगने गर्मा गर्म। तुसीं इस रैसपी नूं जरूर करे ट्राई करो जी। तो झटपट इस समोसिआं दी रैसपी जी बिना तेल च तले तों बेक करके बन गई है। तुसीं इस रैसपी नूं जरूर करे ट्राई करो, बहुत टेस्टी समोसे बन के तैयार होंदे आ। जेकर वीडियो वधिया लगी जी लाइक जरूर करो, वध-वध शेयर करो, तो अपने चैनल नूं हुणे सबसक्राइब कर लो जेकर पहली बार वीडियो देख रहे हो। आपां मिलांगे नैक्सट रैसपी दे नाल, तद तक लई तुहानूं सारिआं नूं सति श्री अकाल जी।